ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਪਾਵਰ ਦੀ ਭੁੱਖ ਮਨੁੱਖ ਨੂੰ ਪਸ਼ੂ ਪੁਣੇ ਦੀਆਂ ਹੱਦਾਂ ਪਾਰ ਕਰਨ ਨੂੰ ਮਜਬੂਰ ਕਰ ਦਿੰਦੀ ਹੈ। ਇਸ ਦੀ ਵੀਸਣ ਉਦਾਹਰਣ ਪਿਛਲੇ ਕੁਝ ਦਿਨ ਪਹਿਲਾਂ ਹਰਿਆਣਾ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ, ਜਿਸ ਵਿੱਚ ਹਰਿਆਣਵੀ ਜਾਤ ਨੇ ਰੈਜ਼ਰਵੇਸ਼ਨ ਦੀ ਮੰਗ ਥੱਲੇ ਲਗਭਗ 35,000 ਕਰੋੜ ਰੁਪਏ ਦਾ ਬੇਕਸੂਰ ਲੋਕਾਂ ਦਾ ਨੁਕਸਾਨ ਕੀਤਾ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ। ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਕੇ ਹਵਾਨੀਤ ਅਤੇ ਵੇਸ਼ਭੂਨੀ ਦੀਆਂ ਹੱਦਾਂ ਨੂੰ ਉਹਨਾਂ ਨੇ ਪਾਰ ਹੀ ਕਰ ਦਿੱਤਾ। ਇਸ ਜਾਟ ਅੰਦੋਲਨ ਦੌਰਾਨ ਹੋਈਆਂ ਘਟਨਾਵਾਂ ਨੂੰ ਪੁਲਿਸ, ਫੌਜ, ਮੀਡੀਆ, ਹਰਿਆਣਾ ਸਰਕਾਰ, ਭਾਰਤ ਸਰਕਾਰ ਨੇ ਲੁਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ। ਈਵਨ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਪਾਰਟੀਆਂ ਨੇ ਵੀ ਚੁੱਪ ਧਾਰੀ ਹੋਈ ਹੈ। ਇਸ ਸਭ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ? ਇਹੀ ਸਭ ਕੁਝ ਜਾਣਨ ਦੇ ਲਈ ਹੋਣ ਚੱਲੇ ਤਾਲਮੇਲ ਕਮੇਟੀ ਆਪਣੀ ਟੀਮ ਦੇ ਨਾਲ NH1, ਪਾਨੀਪਤ, ਸੋਨੀਪਤ, ਮੁਰਥਲ ਆਦਿ ਘਟਨਾਵਾਂ ਸਥਲ ਤੇ ਗਈ ਅਤੇ ਲੋਕਾਂ ਦੇ ਨਾਲ ਉਹਨਾਂ ਨੇ ਗੱਲਬਾਤ ਕਰਕੇ ਇਹਨਾਂ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਤਿਆਰ ਕੀਤੀ ਹੈ। ਵਿਊਅਰਸ, ਅੱਜ ਅਸੀਂ ਇਸ ਰਿਪੋਰਟ ਬਾਰੇ ਹੋਣ ਚੱਲੇ ਤਾਲਮੇਲ ਕਮੇਟੀ ਦੇ ਆਗੂ ਤੇ ਸਿੱਖ ਐਕਟੀਵਿਸਟ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਵੀਰ ਜੀ, ਜੋ ਹਰਿਆਣੇ ਦੇ ਵਿੱਚ ਘਟਨਾ ਵਾਪਰੀ ਹੈ, ਇਸ ਤਰ੍ਹਾਂ ਜਿਹੜੇ ਘਟਨਾ ਵਾਪਰਦੀਆਂ ਹਨ, ਥੋੜੇ ਸਮੇਂ ਬਾਅਦ ਪਤਾ ਲੱਗਦਾ ਕਿ ਇਸ ਦੇ ਵਿੱਚ ਕਿੰਨਾ ਕਿੰਨਾ ਨੁਕਸਾਨ ਹੋਇਆ, ਕੀ ਨੁਕਸਾਨ ਹੋਇਆ। ਜੋ ਸੋਸ਼ਲ ਮੀਡੀਆ ਜਾਂ ਨਿਊਜ਼ ਪੇਪਰ ਨੇ ਦੱਸਿਆ ਹੈਗਾ ਜਾਂ ਆਪਣੇ ਮੀਡੀਆ ਨੇ, ਭਾਰਤੀ ਮੀਡੀਆ ਨੇ ਦੱਸਿਆ ਹੈਗਾ, ਉਹ ਸਾਡੇ ਸਾਹਮਣੇ ਆ, ਪਰ ਅੱਜ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਹੋਣ ਚੱਲੇ ਤਾਲ ਕਮੇਟੀ ਨੇ ਜਿਹੜੀ ਇਹ ਇਨਵੈਸਟੀਗੇਟ ਕੀਤਾ ਹੈਗਾ, ਪੂਰੀ ਰਿਪੋਰਟ ਤਿਆਰ ਕੀਤੀ ਹੈ, ਇਹ ਰਿਪੋਰਟ ਕੀ ਹੈ, ਉੱਥੇ ਕੀ ਐਗਜੈਕਟਲੀ ਕੀ ਵਾਪਰਿਆ ਸੀ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ, ਜਿਹੜਾ ਪਿਛਲੇ ਦਿਨੀ ਜਾਟ ਅੰਦੋਲਨ ਦੌਰਾਨ ਜੋ ਹਰਿਆਣੇ ਦੇ ਵਿੱਚ ਘਟਨਾਕ੍ਰਮ ਵਾਪਰਿਆ ਜੀ, ਉਹਦੇ ਵਿੱਚ ਹਰਿਆਣੇ ਦੇ 4 ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਜਿਹਦੇ ਵਿੱਚ ਕਿ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ ਅੱਗਾਂ ਲਗਾਈਆਂ ਗਈਆਂ। ਪਹਿਲਾਂ ਉਹਨਾਂ ਦੀ ਪ੍ਰਾਪਰਟੀ ਨੂੰ ਲੁੱਟਿਆ ਜਾਂਦਾ, ਫਿਰ ਉੱਥੇ ਅੱਗ ਲਗਾਈ ਜਾਂਦੀ ਹੈ, ਬੜੇ ਆਲੀਸ਼ਾਨ ਮਾਲ ਲੁੱਟ ਲਏ ਜਾਂਦੇ ਆ ਤੇ ਫਿਰ ਉਹਨਾਂ ਨੂੰ ਅੱਗ ਲਗਾਈ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਦੁਕਾਨਾਂ, ਕਈ ਹਥਿਆਰਾਂ ਦੀਆਂ ਦੁਕਾਨਾਂ, ਉਹਨਾਂ ਨੂੰ ਲੁੱਟ ਲਿਆ ਜਾਂਦਾ ਤੇ ਫਿਰ ਬਾਅਦ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ। ਇਹ ਜਿਹੜੀ ਪੂਰੀ ਘਟਨਾਕ੍ਰਮ ਦੀ ਜਿਹੜੀ ਲੁੱਟ ਦੀ ਇੰਤਹਾ ਉਦੋਂ ਹੋ ਗਈ ਜਦੋਂ ਇਹਨਾਂ ਰਿਜ਼ਰਵੇਸ਼ਨ ਦੀ ਆੜ ਦੇ ਵਿੱਚ ਜਿਹੜੇ ਕਾਤਲ ਲੁਟੇਰੇ, ਇਹਨਾਂ ਨੇ ਜਦੋਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਾ ਸ਼ੁਰੂ ਕੀਤਾ ਹਾਂਜੀ ਆਪਣੇ ਮੁਰਖਲ ਦੇ ਨਜ਼ਦੀਕ ਜੀ, ਉਦੋਂ ਇਸ ਜਿਹੜੀ ਹੈਗੀ ਹੈ ਇਹਦੀ ਜ਼ੁਲਮ ਦੀ ਇੰਤਹਾ ਹੋ ਗਈ। ਔਰ ਇਸ ਗੱਲ ਨੂੰ, ਸਾਰੀ ਗੱਲ ਨੂੰ ਜਾਣਨ ਲਈ ਸਾਡੀ ਟੀਮ ਨੇ ਉਹਨਾਂ ਜਗ੍ਹਾਵਾਂ ਦਾ ਦੌਰਾ ਕਰਕੇ ਜੋ ਘਟਨਾਵਾਂ ਉਹਨਾਂ ਜਿਹੜੇ ਹੈਗੇ ਆ ਉੱਥੇ ਚਸ਼ਮਦੀਨ ਲੋਕ ਉਹਨਾਂ ਨਾਲ ਜੋ ਗੱਲਬਾਤ ਕਰਕੇ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਹ ਬੜੀਆਂ ਦਿਲ ਕੰਬਾਊ ਨੇ। ਇਹ ਜਿਹੜਾ ਘਟਨਾਕ੍ਰਮ ਹੈ, ਇਹ ਘਟਨਾਕ੍ਰਮ ਨੂੰ ਅਗਰ ਅਸੀਂ ਪਿੱਛੇ ਅਗਰ 84 ਦੇ ਨਾਲ ਜੋੜ ਕੇ ਦੇਖੀਏ, ਨਵੰਬਰ 84 ਦੇ ਵਿੱਚ ਜੋ ਸਿੱਖਾਂ ਦੇ ਨਾਲ ਵਾਪਰਿਆ, ਇਹ ਉਸ ਦੇ ਨਾਲ ਮਿਲਦੀਆਂ ਜੁਲਦੀਆਂ ਸਾਰੀਆਂ ਘਟਨਾਵਾਂ ਨੇ, ਕਿਉਂਕਿ ਉਸ ਘਟਨਾਕ੍ਰਮ ਨੂੰ ਜਿਹੜੇ ਅੰਜਾਮ ਦੇਣ ਵਾਲੇ ਉਹ 20 ਤੋਂ 25 ਸਾਲ ਦੇ ਨੌਜਵਾਨ, ਉਹਨਾਂ ਹੀ ਨੌਜਵਾਨਾਂ ਨੇ ਇਹਨਾਂ ਜਿਹੜੀ ਹੈਗੀ ਹੈ ਇੱਥੇ ਮੁਰਥਲ ਦੇ ਵਿੱਚ ਜੋ ਬੀਬੀਆਂ ਦੀ ਪੱਤ ਰੋਲਣ ਵਾਲੀ ਗੱਲ ਹੈ, ਉਸ ਟਾਈਪ ਦੇ ਗੁੰਡੇ ਨੌਜਵਾਨਾਂ ਨੇ ਹੀ
ਇਸ ਘਟਨਾਵਾਂ ਨੂੰ ਅੰਜਾਮ ਦਿੱਤਾ। ਮੇਰੀ ਸਮਝ ਦੇ ਅਨੁਸਾਰ ਕਿ ਜਿੰਨੇ ਵੀ ਭਾਰਤ ਦੇ ਵਿੱਚ ਜਦੋਂ ਫਿਰਕੂ ਫਸਾਦ ਹੁੰਦੇ ਨੇ, ਫਿਰਕੂ ਨੰਗੇ ਹੁੰਦੇ ਨੇ, ਜਾਂ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਹੁੰਦਾ, ਉਹਨਾਂ ਕਤਲੇਆਮ ਤੋਂ ਬਾਅਦ ਉਹਨਾਂ ਗੁੰਡਿਆਂ ਨੂੰ ਭਾਰਤੀ ਸੰਵਿਧਾਨ ਵੱਲੋਂ ਜਾਂ ਭਾਰਤੀ ਨਿਜ਼ਾਮ ਵੱਲੋਂ ਕੋਈ ਵੀ ਸਜ਼ਾ ਨਾ ਦੇਣੀ ਇੱਕ ਇਹਨਾਂ ਨੂੰ ਗੁੰਡਾ ਅੰਸਰ ਨੂੰ ਇੱਕ ਸ਼ਹਿ ਦੇਣ ਦੇ ਬਰਾਬਰ ਹੁੰਦਾ। ਔਰ ਇਹ ਜਿਹੜੀ ਗੁੰਡਾ ਅੰਸਰ ਨੂੰ ਸ਼ਹਿ ਦੇਣ ਦਾ ਜਿਹੜਾ ਕਾਰਜ ਹੈ, ਇਹਦੇ ਜੋ ਨਤੀਜੇ ਅੱਜ ਹਰਿਆਣੇ ਦੇ ਵਿੱਚ ਇੱਕ ਵਰਗ ਦੇ ਲੋਕ ਜਿਹੜੇ ਕਿ ਉਹ ਭੁਗਤ ਰਹੇ ਨੇ, ਔਰ ਆਮ ਲੋਕ ਜਿਹੜੇ ਕਿ ਕੁਛ ਲੋਕ ਜਿਹਨਾਂ ਦੇ ਇਹ ਮੁਰਥਲ ਦੇ ਨਜ਼ਦੀਕ ਜਿਹਨਾਂ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਨੇ, ਉਹ ਆਮ ਲੋਕ ਸੀ ਜਿਹੜੇ ਕਿ ਦਿੱਲੀ ਤੋਂ ਜਾ ਤਾਂ ਆ ਰਹੇ ਸੀ ਜਾਂ ਦਿੱਲੀ ਨੂੰ ਜਾ ਰਹੇ ਸੀ, ਰਾਹਗੀਰ ਲੋਕ ਸੀ। ਉਹ ਰਾਹਗੀਰ ਲੋਕਾਂ ਦੇ ਨਾਲ ਉਹ ਘਟਨਾਵਾਂ ਵਾਪਰੀਆਂ ਨੇ, ਔਰ ਸਰਕਾਰਾਂ ਔਰ ਜਿਹੜੀਆਂ ਸਾਰੀਆਂ ਰਾਜਸੀ ਪਾਰਟੀਆਂ ਇੱਕ ਮਤ ਹੋ ਕੇ ਇੱਕ ਸਾਜ਼ਿਸ਼ੀ ਚੁੱਕੀ ਧਾਰ ਕੇ ਇਸ ਦਾ ਸਿਰਫ ਤੇ ਸਿਰਫ ਮੂੰਹ ਪ੍ਰਦਰਸ਼ਕ ਬਣੀਆਂ ਦੇਖ ਰਹੀਆਂ ਨੇ। ਔਰ ਇਹ ਇਸ ਤੋਂ ਵੱਡੀ ਹੋਰ ਸ਼ਰਮਨਾਕ ਗੱਲ ਕੋਈ ਨੀ ਹੋ ਸਕਦੀ। ਜਿੰਨੇ ਵੀ ਐਜੀਟੇਸ਼ਨ ਹੁੰਦੇ ਨੇ, ਇਹ ਐਜੀਟੇਸ਼ਨ ਹਰੇਕ ਕੌਮਾਂ ਦੇ ਇਖਲਾਕ ਦੀ ਜਿਹੜੀ ਪਰਖ ਕਰਦੇ ਨੇ, ਇਖਲਾਕ ਦੀ ਪਰਖ ਹੁੰਦੀ ਹੈ। ਸਾਡੇ ਪੰਜਾਬ ਦੇ ਵਿੱਚ ਵੀ ਪਿੱਛੇ ਐਜੀਟੇਸ਼ਨ ਹੋਏ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗਦਰੀ ਦੀਆਂ ਘਟਨਾਵਾਂ ਹੋਈਆਂ ਨੇ, ਉਦੋਂ ਸਿੱਖਾਂ ਨੇ ਵੀ ਜਾਮ ਲਾਏ ਨੇ, ਰੋਡ ਜਾਮ ਕੀਤੇ ਨੇ, ਪਰ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਪਬਲਿਕ ਪ੍ਰੋਪਰਟੀ ਨੂੰ ਜਾਂ ਕਿਸੇ ਪ੍ਰਾਈਵੇਟ ਪ੍ਰੋਪਰਟੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ, ਨਾ ਹੀ ਉਹਨਾਂ ਨੇ ਏਦਾਂ ਦੀ ਜਿਹੜੀਆਂ ਇਖਲਾਕ ਤੋਂ ਗਿਰੀਆਂ ਹੋਈਆਂ ਘਟਨਾਵਾਂ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣ ਵਾਲੀ ਗੱਲ ਆ, ਏਦਾਂ ਦੀਆਂ ਘਟਨਾਵਾਂ ਘਟੀਆਂ ਨੇ। ਔਰ ਇੱਥੋਂ ਪਤਾ ਲੱਗਦਾ ਕਿ ਜਿਹੜੇ ਸਿੱਖ ਨੇ ਇਹਨਾਂ ਦਾ ਇਖਲਾਕੀ ਪੱਧਰ ਕੀ ਹੈ, ਤੇ ਜਿਹੜੇ ਆਮ ਭਾਰਤੀ ਨੇ ਜਿਹੜੇ ਆਪਣੇ ਆਪ ਨੇ ਸੈਕੂਲਰ ਕਹਿੰਦੇ ਨੇ, ਇਹਨਾਂ ਦਾ ਇਖਲਾਕੀ ਪੱਧਰ ਕੀ ਹੈ। ਇੱਥੋਂ ਅਸੀਂ ਕਿਸੇ ਵੀ ਜਿਹੜੀ ਹੈਗੀ ਹੈ ਕੌਮ ਦਾ ਜਿਹੜਾ ਹੈਗਾ ਇਖਲਾਕੀ ਵਿਸ਼ਲੇਸ਼ਣ ਬੜੀ ਆਸਾਨੀ ਨਾਲ ਕਰ ਸਕਦੇ ਹਾਂ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਸਾਰੀ ਸਰਕਾਰ ਇਸ ਚੀਜ਼ ਤੇ ਚੁੱਪ ਧਾਰੀ ਹੋਈ, ਚਾਹੇ ਉਹ ਕਾਂਗਰਸ ਦੀ ਹੋਵੇ, ਆਮ ਆਦਮੀ ਪਾਰਟੀ ਦੀ ਹੋਵੇ, ਜਾਂ ਫਿਰ ਅਕਾਲੀ ਦਲ ਦੀ ਹੋਵੇ, ਜਾਂ ਹੁਣ ਬੀਜੇਪੀ ਦੀ ਹੋਵੇ, ਜਾਂ ਹਰਿਆਣਾ ਸਰਕਾਰ ਹੋਵੇ, ਸਾਰਿਆਂ ਨੂੰ ਚੁੱਪ ਧਾਰੀ ਹੋਈ ਹੈ। ਪਰ ਜਿਸ ਤਰ੍ਹਾਂ ਈਵਨ ਕੋਰਟ ਦੇ ਵਿੱਚ ਵੀ ਇਸ ਦੇ ਉੱਪਰ ਇੰਨਾ ਕੋਈ ਖਾਸ ਨੋਟਿਸ ਨਹੀਂ ਲਿੱਤਾ ਗਿਆ, ਪਰ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕੀਤਾ ਹੈਗਾ, ਇਸ ਦਾ ਕੀ ਨਤੀਜਾ ਨਿਕਲੇਗਾ, ਇਸ ਨੂੰ ਤੁਸੀਂ ਕਿਸ ਤਰ੍ਹਾਂ ਇੰਪਲੀਮੈਂਟ ਕਰੋਗੇ? ਹਾਂਜੀ, ਜਿਹੜੀਆਂ ਸਾਰੀਆਂ ਪਾਰਟੀਆਂ ਦਾ ਜਿਹੜੀ ਹੈਗੀ ਆ ਸਾਜ਼ਿਸ਼ ਚੁੱਪ, ਇੱਕੋ ਇੱਕ ਕਾਰਨ ਹੈ ਕਿ ਸਾਰੀਆਂ ਪਾਰਟੀਆਂ ਹੀ ਵੋਟ ਰਾਜਨੀਤੀ ਵਰਤਦੀਆਂ ਨੇ। ਇਹਨਾਂ ਨੂੰ ਜਿਹੜੇ ਲੋਕ ਨੇ ਉਹ ਵੋਟਾਂ ਦੇਖਦੀਆਂ ਨੇ, ਉਹ ਆਮ ਪੀੜਤ ਲੋਕ ਨਹੀਂ ਦੇਖਦੇ। ਸਿਰਫ ਤੇ ਸਿਰਫ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲੋਕ ਆਪਣੇ ਬਿਆਨ ਜਾਂ ਆਪਣੇ ਕਾਰ ਵਿਹਾਰ ਇੱਕਦੇ ਨੇ। ਜਿਸ ਤਰੀਕੇ ਦੇ ਨਾਲ ਇਸ ਘਟਨਾ ਦਾ ਇਮੀਡੀਏਟ ਅਦਾਲਤ ਵੱਲੋਂ ਨੋਟਿਸ ਲਿਆ ਗਿਆ, ਪਰ ਉਸ ਅਦਾਲਤੀ ਨੋਟਿਸ ਨੂੰ ਹਰਿਆਣਾ ਸਰਕਾਰ ਵੱਲੋਂ ਇੱਕ ਲੀਪਾ ਪੋਚੀ ਕਰਨ ਲਈ ਪੁਲਿਸ ਦਾ ਹੀ 3 ਮੈਂਬਰੀ ਕਮਿਸ਼ਨ ਬਣਾਇਆ ਗਿਆ, ਔਰ ਉਸੇ ਪੁਲਿਸ ਦਾ ਜਿਹੜੀ ਪੁਲਿਸ ਅੱਜ ਤੱਕ ਕਹਿੰਦੀ ਆਈ ਹੈ ਕਿ ਇੱਥੇ ਕੋਈ ਵੀ ਘਟਨਾ ਨਹੀਂ ਵਾਪਰੀ, ਉਸ ਪੁਲਿਸ ਦਾ ਜਿਨ੍ਹਾਂ ਨੇ ਉਹਨਾਂ ਪੀੜਤ ਅਬਲਾਵਾਂ ਨੂੰ ਇਹ ਕਹਿ ਕੇ ਘਰੋਂ ਘਰੀ ਤੋਰ ਦਿੱਤਾ ਕਿ ਤੁਹਾਡੀ ਇੱਜ਼ਤ ਦਾ ਖਤਰਾ, ਉਸੇ ਪੁਲਿਸ ਦਾ ਜਿਸ ਪੁਲਿਸ ਨੇ ਇਹਨਾਂ ਜਿਹੜੇ ਕੁੰਡੇ ਟੋਲੇ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ, ਉਸੇ ਪੁਲਿਸ ਦਾ ਇੱਕ ਇਨਵੈਸਟੀਗੇਸ਼ਨ ਬਣਾ ਕੇ ਟੀਮ ਬਣਾ ਕੇ ਇੱਕ ਲੋਕਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜੀ ਸਾਡੀ ਤਾਲਮੇਲ ਕਮੇਟੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੀੜਤ ਅਗਰ ਹਿੰਮਤ ਕਰਕੇ ਅੱਗੇ ਆ ਕੇ ਉਹ ਆਉਣ,
ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਇੱਕ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿੱਟ ਪਾਵਾਂਗੇ, ਜਿਹਦੇ ਵਿੱਚ ਕਿ ਪੁਲਿਸ ਅਫਸਰ ਨਹੀਂ ਸਾਨੂੰ ਚਾਹੀਦੇ ਇਨਵੈਸਟੀਗੇਸ਼ਨ ਲਈ, ਸਾਨੂੰ ਜਿਹੜੀ ਹੈਗੀ ਹੈ ਜੁਡੀਸ਼ਰੀ ਦੀ ਇਨਵੈਸਟੀਗੇਸ਼ਨ ਚਾਹੀਦੀ ਹੈ, ਤਾਂ ਕਿ ਜੁਡੀਸ਼ਰੀ ਦੀ ਇਨਵੈਸਟੀਗੇਸ਼ਨ ਹੋਵੇ ਤੇ ਉਹਨਾਂ ਸਾਰੀਆਂ ਜਗ੍ਹਾਵਾਂ ਦਾ ਜਿੱਥੇ ਜਿੱਥੇ ਕਤਲੇਆਮ ਹੋਇਆ, ਜਿੱਥੇ ਜਿੱਥੇ ਲੋਕਾਂ ਦੀਆਂ ਪ੍ਰੋਪਰਟੀਆਂ ਨੂੰ ਸਾੜਿਆ ਗਿਆ, ਉਹਨਾਂ ਦਾ ਪੂਰਾ ਵਿਸ਼ਲੇਸ਼ਣ ਹੋਵੇ ਤੇ ਉਹਨਾਂ ਨੂੰ ਜਿਹੜੇ ਉਹ ਲੋਕ ਨੇ ਪੀੜਿਤ ਲੋਕ ਨੇ ਉਹਨਾਂ ਨੂੰ ਠੀਕ ਮੁਆਵਜ਼ਾ ਮਿਲੇ। ਅੱਜ ਉਹ ਜਿਹੜੇ ਲੋਕ ਲੱਖਾਂ ਦੇ ਕਾਰੋਬਾਰ ਕਰਦੇ ਸੀ, ਅੱਜ ਉਹ ਰੋਟੀ ਵੱਲੋਂ ਆਵਾਜ਼ਾਰ ਹੋ ਗਏ ਨੇ, ਕਿਉਂਕਿ ਉਹਨਾਂ ਦੇ ਜਿਹੜੇ ਕਾਰੋਬਾਰ ਨੇ ਪੂਰੀ ਤਰੀਕੇ ਦੇ ਨਾਲ ਤਬਾਹ ਕਰ ਦਿੱਤੇ ਗਏ ਨੇ, ਉਹਨਾਂ ਦੇ ਘਰ ਬਾਰਾਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਨੇ। ਔਰ ਇਹ ਜਿਹੜੇ ਨੁਕਸਾਨੇ ਗਏ ਲੋਕ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਪੰਜਾਬੀ ਪਰਿਵਾਰ ਜੀ ਆਪਣੇ ਇੱਧਰ ਇੰਡੀਆ ਦੇ ਵਿੱਚ ਆਏ ਸੀ, ਉਹਨਾਂ ਲੋਕਾਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਨਿਸ਼ਾਨਾ ਬਣਾਇਆ। ਔਰ ਇਹ ਪੰਜਾਬੀ ਹਿੰਦੂ ਪਰਿਵਾਰ ਨੇ, ਕਈ ਇੱਕ ਗੱਲ ਹੋਰ ਮੈਂ ਥੋੜੀ ਜੀ ਸਾਫ਼ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਕਈ ਲੋਕ ਸਾਡੇ ਸੋਚਦੇ ਨੇ ਕਿ ਇਹ ਜਿਹੜੀਆਂ ਘਟਨਾਵਾਂ ਨੇ ਸਿੱਖ ਪਰਿਵਾਰਾਂ ਦੇ ਨਾਲ ਹੋਈਆਂ ਨੇ, ਇਹ ਸਿੱਖ ਪਰਿਵਾਰਾਂ ਦੇ ਨਾਲ ਨਹੀਂ ਹੋਈਆਂ, ਇਹ ਘਟਨਾਵਾਂ ਪੰਜਾਬੀ ਹਿੰਦੂ ਪਰਿਵਾਰਾਂ ਦੇ ਨਾਲ ਹੋਈਆਂ ਨੇ। ਕਿਉਂਕਿ ਕਈ ਕੱਲ ਵੀ ਮੇਰੇ ਕੋਲੋਂ ਇੱਕ ਦੋ ਵੀਰ ਪੁੱਛਣ ਆਏ ਸੀ ਇਸ ਗੱਲ ਲਈ, ਤੇ ਇਹ ਇਹ ਦਰਸ਼ਕਾਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ ਕਿ ਜਿਹੜੀ ਘਟਨਾਵਾਂ ਨੇ ਇਹ ਸਿੱਖਾਂ ਪਰਿਵਾਰਾਂ ਦੇ ਨਾਲ ਨਹੀਂ ਹੋਈਆਂ, ਇਹ ਪੰਜਾਬੀ ਹਿੰਦੂ ਪਰਿਵਾਰਾਂ ਦੇ ਨਾਲ ਹੋਈਆਂ ਨੇ। ਪਰ ਇੱਕ ਮਨੁੱਖਤਾ ਪ੍ਰਸਤੀ ਦੇ ਨਾਤੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਬੇਸ਼ੱਕ ਇਹ ਉਹੀ ਪਰਿਵਾਰ ਨੇ ਜਿਨ੍ਹਾਂ ਨੇ ਜਦੋਂ ਪੰਜਾਬੀ ਸੂਬਾ ਬਣਿਆ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਈ ਸੀ, ਆਪਣੀ ਮਾਂ ਬੋਲੀ ਪੰਜਾਬੀ ਨੂੰ ਤਿਲਾਂਜਲੀ ਦੇ ਕੇ, ਬੇਸ਼ੱਕ ਇਹ ਉਹੀ ਲੋਕ ਨੇ ਜਿਨ੍ਹਾਂ ਨੇ 84 ਦੇ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਸੀ ਸਿੱਖਾਂ ਨੂੰ ਮਾਰਨ ਦੇ ਵਿੱਚ, ਪਰ ਫਿਰ ਵੀ ਅਸੀਂ ਮਨੁੱਖਤਾ ਪ੍ਰਸਤੀ ਦੇ ਨਾਤੇ ਇਹਨਾਂ ਲੋਕਾਂ ਦੀ ਹਾਦਾ ਨਾਰਾ ਮਾਰਦੇ ਰਵਾਂਗੇ ਔਰ ਖੜਦੇ ਰਵਾਂਗੇ, ਕਿਉਂਕਿ ਜਿਹੜਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀ, ਉਹ ਜੋ ਸਾਡਾ ਗੁਰਮਤ ਦਾ ਸਿਧਾਂਤ ਹੈ, ਉਸ ਸਿਧਾਂਤ ਦੇ ਅਨੁਸਾਰ ਹਰ ਮਜ਼ਲੂਮ ਦੀ ਰਾਖੀ ਕਰਨੀ, ਹਰ ਮਜ਼ਲੂਮ ਦੇ ਹੱਕ ਵਿੱਚ ਖੜਨਾ ਸਿੱਖਾਂ ਦਾ ਫਰਜ਼ ਹੈ, ਔਰ ਅਸੀਂ ਇਹ ਜਿਹੜਾ ਹੈਗਾ ਆਪਣਾ ਫਰਜ਼ ਇਸ ਨੂੰ ਨਿਭਾਉਂਦੇ ਰਵਾਂਗੇ। ਜੀ ਬਿਲਕੁਲ। ਤੇ ਵੀਰ ਜੀ, ਅਸੀਂ ਨਾ ਆਲਮੋਸਟ ਕਵਰ ਕੀਤਾ ਕਿ ਕਿਸ ਤਰ੍ਹਾਂ ਸਰਕਾਰ ਦਾ ਰੋਲ ਕੀ ਸੀ ਇਸ ਦੇ ਵਿੱਚ, ਪਰ ਅਸੀਂ ਮੀਡੀਆ ਦੇ ਰੋਲ ਬਾਰੇ ਵੀ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਮੋਸਟਲੀ ਭਾਰਤ ਦੇ ਵਿੱਚ ਜਿੰਨਾ ਵੀ ਮੀਡੀਆ ਹੈਗਾ ਵਾ, ਆਈ ਨੋ ਕਿ ਉਹ ਕੰਟਰੋਲ ਹੈਗਾ ਭਾਰਤ ਦੀ ਗਵਰਨਮੈਂਟ ਦੇ ਕੋਲ, ਪਰ ਜਿਸ ਤਰ੍ਹਾਂ ਇੱਕ ਚੈਨਲ, ਮੈਂ ਉਸਦੇ ਚੈਨਲ ਦਾ ਨਾਮ ਤਾਂ ਨਹੀਂ ਲਿਆਵਾਂਗੀ, ਉਸਦੇ ਵਿੱਚ ਇੱਕ ਸਿੱਖ ਆਏ ਸੀ, ਉਹਨਾਂ ਨੇ ਸਿੱਖ ਕੌਮ ਦੇ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਗੱਲਬਾਤ ਕੀਤੀ, ਕੱਲ੍ਹ ਪਰਸੋਂ ਦੀ ਗੱਲ ਹੈ, ਐਂਡ ਹਰਿਆਣਾ ਦੇ ਵਿੱਚ ਜੋ ਕੁਛ ਵਾਪਰੇ ਉਸ ਬਾਰੇ ਗੱਲਬਾਤ ਕੀਤੀ, ਜਿਹੜੀ 10 ਔਰਤਾਂ ਦਾ ਕਹਿੰਦੇ ਕਿ 10 ਔਰਤਾਂ ਦਾ ਰੇਪ ਹੋਇਆ ਸੀ, ਉਸ ਬਾਰੇ ਗੱਲਬਾਤ ਕੀਤੀ, ਪਰ ਜਿਸ ਤਰ੍ਹਾਂ ਉਹਦੇ ਵਿੱਚ ਜਿਹੜੀ ਟੀਵੀ ਦੀ ਹੋਸਟ ਸੀ, ਉਹਨੇ ਕਿਹਾ ਕਿ ਡੂ ਯੂ ਹੈਵ ਪਰੂਫ ਕਿ ਤੁਹਾਡੇ ਕੋਲ ਸਬੂਤ ਹੈਗਾ ਕਿ ਔਰਤਾਂ ਦੇ ਨਾਲ ਇਸ ਤਰ੍ਹਾਂ ਵੇਪਤ ਹੋਈਆਂ ਨੇ, ਪਰ ਆਈ ਨੋ ਕਿ ਤੁਸੀਂ ਜਿਹੜੀ ਰਿਪੋਰਟ ਤਿਆਰ ਕੀਤੀ ਹੈ, ਮੈਂ ਦੇਖਿਆ ਉਸ ਨੂੰ ਧਿਆਨ ਨਾਲ ਪੜਿਆ ਵੀ, ਪਰ ਉਸਦੇ ਵਿੱਚ ਤੁਸੀਂ 50 ਦੇ ਨੇੜੇ ਤੇੜੇ ਔਰਤਾਂ ਦੀ ਗੱਲ ਕੀਤੀ ਹੈ, ਜਿਹੜੀ ਕਿ ਆਲਮੋਸਟ 5 ਗੁਣਾ ਜ਼ਿਆਦਾ ਔਰਤਾਂ ਦੀ ਗੱਲ ਕੀਤੀ ਹੈ, ਕਿਉਂਕਿ ਸੋਸ਼ਲ ਮੀਡੀਆ 'ਚ ਵਿੱਚ ਸਿਰਫ 10 ਜਾਂ 11 ਔਰਤਾਂ ਦੀ ਗੱਲ ਹੋ ਰਹੀ ਹੈ, ਕਿ ਇਹ ਸੱਚਮੁੱਚ ਇਸ ਪਿੱਛੇ ਕਿੰਨੀ ਸੱਚਾਈ ਹੈ? ਇਹਦੇ ਵਿੱਚ ਜਿਹੜੀਆਂ ਹੈਗੀਆਂ ਸਾਡੀ, ਅਸੀਂ ਰਿਪੋਰਟ ਤਿਆਰ ਕੀਤੀ ਹੈ, ਇਹ ਰਿਪੋਰਟ ਜਿਹੜੇ ਉੱਥੇ ਲੋਕਲ ਚਸ਼ਮਦੀਨ ਲੋਕ ਨੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਾਂ ਉੱਥੇ ਕਰਾਊਡ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕੀਤੀ ਹੈ। ਪਰ ਜਿਹੜੀ ਮੀਡੀਆ ਅੱਜ ਉਹਦੀ ਗੱਲ ਕਰਦਾ ਕਿ ਗਵਾਹਾਂ ਦੀ ਗੱਲ ਕਰਦਾ, ਇਹਦੇ ਵਿੱਚ ਗਵਾਹਾਂ ਦਾ ਅੱਗੇ ਨਾ ਆਉਣਾ ਇਸ ਗੱਲ ਹੈ ਕਿ ਉਹ ਜਿਹੜੇ ਲੋਕ ਸੀਗੇ ਉਹ ਰਾਹਗੀਰ ਲੋਕ ਸੀ, ਉਹ ਅਲੱਗ ਅਲੱਗ ਏਰੀਏ ਦੇ ਵਿੱਚੋਂ ਆਏ ਹੋਏ ਲੋਕ ਸੀ, ਉਹ ਵੀ ਉੱਥੋਂ ਦੇ ਵਸੰਦੇ ਨਹੀਂ ਸੀ, ਅਗਰ ਵਸੰਦੇ ਹੁੰਦੇ ਤੇ ਅਸੀਂ ਉਹਨਾਂ ਨੂੰ ਬੜੇ ਆਸਾਨੀ ਨਾਲ ਲੱਭ ਲੈਂਦੇ। ਦੂਜੀ ਗੱਲ, ਜਿਹੜੀਆਂ ਇੱਕ ਔਰਤ ਨੇ ਤਾਂ ਆਪਣੇ ਬਿਆਨ ਵੀ ਪੁਲਿਸ ਕੋਲ ਦਰਜ ਕਰਾਏ ਨੇ, ਪਰ ਪੁਲਿਸ ਫਿਰ ਵੀ ਉਹਨਾਂ ਬਿਆਨਾਂ ਨੂੰ ਮੰਨਣ ਲਈ ਰਾਜ਼ੀ ਨਹੀਂ ਹੈ। ਔਰ 2 ਦਿਨ ਪਹਿਲਾਂ 2 ਭੈਣਾਂ ਨੇ ਹੋਰ
ਆਪਣੇ ਬਿਆਨ ਦਰਜ ਕਰਾਏ ਨੇ, ਪਰ ਉਹ ਕਹਿਣਾ ਚਾਹੁੰਦੇ, ਉਹ ਜਿਹੜੀਆਂ ਭੈਣਾਂ ਨੇ ਉਹ ਪੁਲਿਸ ਕੋਲ ਨਹੀਂ ਜਾਣਾ ਚਾਹੁੰਦੀਆਂ। ਇਹ ਜਿਹੜੀ ਖਬਰ ਹੈ ਇਹ ਟ੍ਰਿਬਿਊਨ ਦੇ ਇੱਕ ਪੱਤਰਕਾਰ ਦੇ ਨਾਲ ਉਹਨਾਂ ਨੇ ਆਪਣੀ ਦੁੱਖ ਦਾ ਸਾਂਝਾ ਕੀਤਾ, ਪਰ ਉਹ ਪੁਲਿਸ ਦੇ ਕੋਲ ਇਸ ਗੱਲੋਂ ਨਹੀਂ ਜਾਣਾ ਚਾਹੁੰਦੀਆਂ ਕਿਉਂਕਿ ਪੁਲਿਸ ਪਹਿਲਾਂ ਹੀ ਇਸ ਗੱਲ ਨੂੰ ਨਕਾਰ ਚੁੱਕੀ ਹੈ ਕਿ ਉੱਥੇ ਏਦਾਂ ਦੀ ਕੋਈ ਵੀ ਘਟਨਾ ਨਹੀਂ ਵਾਪਰੀ। ਦੂਸਰੀ ਗੱਲ ਜਿਹੜੀ ਮੀਡੀਆ ਗੱਲ ਕਰ ਰਿਹਾ ਵੀ ਕੁਛ ਇੱਥਾਂ ਭਾਰਤੀ ਮੀਡੀਆ ਜਿਹੜਾ ਕਿ ਪੂਰੇ ਦਾ ਪੂਰਾ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਜਿਹੜਾ ਇਹ ਕਹਿ ਰਿਹਾ ਕਿ ਇੱਥੇ ਕੁਛ ਵੀ ਨਹੀਂ ਹੋਇਆ, ਉਹ ਮੈਂ ਕਹਿਣਾ ਕਿ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਘਟਨਾ ਇਹਨਾਂ ਜਿਹੜੇ ਹੈਗੇ ਆ ਏਰੀਏ ਪਾਣੀਪਤ ਜੀਂਦ ਕਰਨਾਲ ਇਹਨਾਂ ਵਗੈਰਾ ਸਾਰੇ ਏਰੀਆ ਦਾ ਝੱਜਰ ਇਹਨਾਂ ਦਾ ਜਾ ਕੇ ਉਹ ਦੌਰਾ ਕਰਨ, ਉੱਥੇ ਜਲੇ ਹੋਏ ਜਿਹੜੇ ਵੱਡੇ ਵੱਡੇ ਸਟੋਰ ਨੇ, ਉੱਥੇ ਜਲੀਆਂ ਹੋਈਆਂ ਦੁਕਾਨਾਂ, ਜਲੇ ਹੋਏ ਘਰ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਦਿਖ ਜਾਣਗੇ। ਜੀ ਟੀ ਰੋਡ ਤੇ ਦਿੱਲੀ ਦੇ ਨਾਲ ਮੁਰਥਕ ਦੇ ਕੋਲੇ ਇੱਕ ਜਰਾਸਿਕ ਪਾਰਕ ਬਹੁਤ ਸੋਹਣਾ ਬਣਿਆ ਹੋਇਆ ਸੀ, ਉਹ ਪੂਰੇ ਦਾ ਪੂਰਾ ਜਾਲਿਆ ਪਿਆ ਵਾ। ਔਰ ਇਹ ਸਾਰੀਆਂ ਘਟਨਾਵਾਂ ਇਹ ਆਪਣੇ ਉਸ ਦੇ ਵਿੱਚ ਦਿਖਾਉਂਦੇ ਕਿਉਂ ਨੀ, ਕਿਉਂ ਇਸ ਗੱਲ ਤੇ ਮਿੱਟੀ ਪਾ ਰਹੇ ਨੇ, ਕਿਉਂ ਇਸ ਗੱਲ ਤੇ ਪਰਦਾ ਪਾ ਰਹੇ ਨੇ, ਕਿਉਂਕਿ ਇਹ ਸਾਰੇ ਜਿਹੜੇ ਲੋਕ ਨੇ ਇਹ ਇੱਕ ਸਰਕਾਰੀ ਏਜੰਸੀ ਦੇ ਤੌਰ ਤੇ ਜਿਹੜੇ ਹੈਗੇ ਨੇ ਲੋਕ ਕਈ ਕੰਮ ਕਰਦੇ ਨੇ, ਪਰ ਕਈ ਮੀਡੀਆ ਵਾਲੇ ਜਿਹੜੇ ਹੈਗੇ ਨੇ ਉਹ ਬੜੀ ਦਲੇਰੀ ਦੇ ਨਾਲ ਇਸ ਪੱਤਰਕਾਰ ਦਾ ਰਹਿਤ ਆਪਣੇ ਇਸ ਚੀਜ਼ ਨੂੰ ਨਸ਼ਰ ਵੀ ਕਰਦੇ ਨੇ, ਉਹ ਉਹਨਾਂ ਦੇ ਬੜਾ ਧੰਨਵਾਦ ਹੈ। ਔਰ ਆਪ ਜੀ ਵਰਗੇ ਮੀਡੀਏ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੂੰ ਖੋਲਦੇ ਨੇ, ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਦੇ, ਤੁਹਾਡੇ ਵਰਗੇ ਲੋਕਾਂ ਕਰਕੇ ਹੀ ਜਿਹੜੀ ਹੈਗੀ ਆ ਮਨੁੱਖਤਾ ਪ੍ਰਸਤੀ ਕੁਛ ਜਿੰਦਾ। ਜੀ ਵੀਰ ਜੀ, ਥੈਂਕ ਯੂ ਸੋ ਮਚ। ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਅਸੀਂ ਆਪਣੀ ਭੈਣਾਂ ਅੱਗੇ ਬੇਨਤੀ ਕਰਦੇ ਕਿ ਹਿੰਮਤ ਕਰਕੇ ਉਹ ਸਾਡੇ ਸਾਹਮਣੇ ਆਉਣ, ਐਂ ਤੁਹਾਨੂੰ ਗਵਾਹੀਆਂ ਦੇਣ, ਤੁਹਾਨੂੰ ਲੱਗਦਾ ਕਿ ਕੋਈ ਸਾਹਮਣੇ ਆਵੇ? ਕਿਉਂਕਿ ਤੁਸੀਂ ਵੀਰ ਜੀ ਇੱਕ ਐਸੇ ਦੇਸ਼ ਦੇ ਵਿੱਚ ਵੱਸਦੇ ਹੋ, ਐਸੇ ਭਾਰਤ ਦੇ ਵਿੱਚ ਵੱਸਦੇ ਹੋ ਜਿਸ ਦੇ ਵਿੱਚ ਕਹਿਣ ਡੈਮੋਕ੍ਰੈਟਿਕ ਭਾਰਤ ਹੈਗਾ, ਪਰ ਉਹਦੇ ਵਿੱਚ ਔਰਤਾਂ ਦੇ ਨਾਲ ਵੀ ਧੱਕਾ ਹੁੰਦਾ, ਹਰ ਜਗ੍ਹਾ ਤੇ ਹੁੰਦਾ, ਔਰਤਾਂ ਦੇ ਨਾਲ ਰੇਪ ਹੁੰਦੇ ਹੈ, ਧਮਕੀਆਂ ਦਿੱਤੀਆਂ ਜਾਂਦੀਆਂ, ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਈਵਨ ਕਿ ਉਹਦੀ ਬੇਇੱਜ਼ਤੀ ਕੀਤੀ ਜਾਂਦੀ ਕੋਰਟ ਦੇ ਅੰਦਰ, ਜੱਜਾਂ ਵੱਲੋਂ ਬੇਇੱਜ਼ਤੀ ਕੀਤੀ ਜਾਂਦੀ, ਜੁਡੀਸ਼ਰੀ ਵੱਲੋਂ ਬੇਇੱਜ਼ਤੀ ਕੀਤੀ ਜਾਂਦੀ। ਤੁਹਾਨੂੰ ਲੱਗਦਾ ਕਿ ਆਈ ਨੋ ਕਿ ਇਹ ਔਰਤਾਂ ਪੁਲਿਸ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ, ਪਰ ਈਵਨ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਤੁਸੀਂ ਲੈ ਕੇ ਜਾ ਸਕਦੇ ਜੱਜ ਦੇ ਸਾਹਮਣੇ, ਕਿਉਂਕਿ ਜੋ ਉਹਨਾਂ ਦੇ ਹਾਲਾਤ ਉੱਥੇ ਹੁੰਦੇ ਨੇ? ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਇਸ ਦੇਸ਼ ਵਿੱਚ ਔਰਤ ਘੱਟ ਗਿਣਤੀ ਤੇ ਹੋਰ ਜਿੰਨੇ ਵੀ ਮਜ਼ਲੂਮ ਲੋਕ ਨੇ ਉਹਨਾਂ ਦੀ ਗੱਲ ਬਹੁ ਗਿਣਤੀ ਨਹੀਂ ਸੁਣਦੀ, ਔਰ ਉਹਨਾਂ ਨੂੰ ਜਿਹੜੀਆਂ ਹੈਗੀਆਂ ਏਦਾਂ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਉਹਨਾਂ ਨੂੰ ਫਿਰ ਹੋਰ ਜਦੋਂ ਉਹ ਕੋਰਟ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਹੋਰ ਪੀੜਿਤ ਹੋਣਾ ਪੈਂਦਾ, ਇਹ ਗੱਲ ਤੁਹਾਡੀ ਵਾਜਬ ਹੈ। ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਅਗਰ ਏਦਾਂ ਦੀਆਂ ਭੈਣਾਂ ਆਪਣੀ ਹਿੰਮਤ ਕਰਕੇ, ਕਿਉਂਕਿ ਅੱਜ ਉਹ ਜਿਹੜੇ ਪੁਲਿਸ ਵਾਲੇ ਅਫਸਰ ਉਹਨਾਂ ਨੇ ਕਿਹਾ ਕਿ ਤੁਸੀਂ ਕਲੰਕਿਤ ਹੋ ਜਾਓਗੇ, ਮੈਂ ਸਮਝਦਾ ਕਿ ਕਲੰਕਿਤ ਉਹ ਭੈਣਾਂ ਨਹੀਂ ਹੈ, ਕਲੰਕਿਤ ਉਹ ਲੋਕ ਨੇ ਜਿਨ੍ਹਾਂ ਨੇ ਇਹ ਕਾਰੇ ਕੀਤੇ ਨੇ, ਜਿਨ੍ਹਾਂ ਨੇ ਇਹਨਾਂ ਘਟਨਾਵਾਂ ਘਟਨਾਵਾਂ ਨੂੰ ਅੰਜਾਮ ਦਿੱਤਾ, ਅੱਜ ਉਹ ਕਲੰਕਿਤ ਲੋਕ ਨੇ। ਇਹਨਾਂ ਭੈਣਾਂ ਨੂੰ ਇਹੀ ਬੇਨਤੀ ਹੈ ਕਿ ਇਹ ਜਿਹੜੇ ਦਰਿੰਦੇ ਨੇ, ਇਹਨਾਂ ਦਰਿੰਦਿਆਂ ਦਾ ਮੂੰਹ ਮੋੜਨ ਲਈ, ਇਹਨਾਂ ਦਰਿੰਦਿਆਂ ਨੂੰ ਸਬਕ ਸਿਖਾਉਣ ਲਈ ਉਹਨਾਂ ਨੂੰ ਅੱਗੇ ਆਉਣਾ ਪਏਗਾ, ਨਹੀਂ ਤਾਂ ਪਤਾ ਨੀ ਹੋਰ ਕਿੰਨੀਆਂ ਭੈਣਾਂ ਦੀਆਂ ਇਹ ਇੱਜ਼ਤਾਂ ਏਦਾਂ ਹਵਾ ਖਰਾਬ ਕਰਦੇ ਰਹਿਣਗੇ, ਕਿੰਨਿਆਂ ਦੇ ਕਾਰੋਬਾਰ ਇਹ ਤਬਾਹ ਕਰਦੇ ਰਹਿਣਗੇ। ਕਿਉਂਕਿ ਇਹ ਜਿਹੜਾ ਐਜੀਟੇਸ਼ਨ ਸੀ, ਇੱਕ ਐਜੀਟੇਸ਼ਨ ਆਰਕਸ਼ਣ ਦਾ ਐਜੀਟੇਸ਼ਨ ਨਹੀਂ ਸੀ, ਇਹ ਪਾਵਰ ਦੀ ਲੜਾਈ ਸੀ, ਇਹ ਸੱਤਾ ਦੀ ਲੜਾਈ ਸੀ। ਕਿਉਂਕਿ ਅੱਜ ਤੱਕ ਜਿੰਨੇ ਵੀ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਬਣੇ ਨੇ, ਇਹ ਮੁੱਖ ਮੰਤਰੀ ਜਾਟ ਡੋਮੀਨੇਟਡ ਲੋਕ ਹੀ ਬਣਦੇ ਰਹੇ ਨੇ। ਇਸ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਹ ਸਾਰੀਆਂ ਪਾਰਟੀਆਂ ਦੇ ਜਿਹੜੇ ਜਾਟ ਨੇਤਾ ਉਹ ਇਕੱਠੇ ਹੋ ਗਏ ਨੇ, ਔਰ ਉਹਨਾਂ ਨੇ ਸਾੜ ਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ, ਔਰ ਜਿਹੜੀ ਸਰਕਾਰੀ ਧਿਰ ਆ, ਜਿਹੜੀ ਕਿ ਗੈਰ ਜਾਟ ਧਿਰ ਆ, ਉਸ ਧਿਰ ਨੇ
ਸਮਰਥਨ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਇਹਨਾਂ ਦੇ ਸਾਰੇ ਐਜੀਟੇਸ਼ਨ ਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਹੀ ਉਹ ਸਰਕਾਰ ਜਿਹੜੀ ਆ ਉਹਨਾਂ ਘਟਨਾਵਾਂ ਤੇ ਪਰਦਾ ਪਾ ਰਹੀ ਹੈ, ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਇਨਸਾਫ ਪਸੰਦ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਸਕੀਏ। ਅਗਰ ਜਿਹੜੀ ਆਪਣੀ ਰਿਪੋਰਟ ਅਸੀਂ ਤਿਆਰ ਕਰ ਰਹੇ ਹਾਂ ਇਹ ਅਗਰ ਸਰਕਾਰ ਇਸ ਨੂੰ ਮਾਨਤਾ ਨਹੀਂ ਦੇਗੀ ਤਾਂ ਅਸੀਂ ਆਪ ਜੀ ਵਰਗੇ ਸਹਿਰਦ ਲੋਕਾਂ ਦੇ ਅੱਗੇ ਆਪਣੀ ਰਿਪੋਰਟ ਨੂੰ ਪੇਸ਼ ਕਰਾਂਗੇ, ਤਾਂ ਕਿ ਜਿਹੜੀ ਹੈਗੀ ਆ ਵਰਲਡ ਵਾਈਡ ਜਿਹੜੇ ਵੀ ਲੋਕ ਮਨੁੱਖਤਾ ਪ੍ਰਸਤ ਦੇ ਜਿਹੜੇ ਲੋਕ ਵੱਸਦੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਭਾਰਤ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਟ ਭਾਰਤ ਕਹਿੰਦਾ ਇਹਦਾ ਅਸਲੀ ਚਿਹਰਾ ਕੀ ਹੈ। ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਜਿਸ ਤਰ੍ਹਾਂ ਯੂ ਨੋ ਇਹ ਘਟਨਾਵਾਂ ਤੁਸੀਂ ਕਿਹਾ ਕਿ ਇੱਕ ਐਜ਼ ਅ ਸਮਾਲ ਟ੍ਰੇਲਰ ਹੈ ਜੋ ਘਟਨਾਵਾਂ ਸਾਡੇ ਨਾਲ 84 ਦੇ ਵਿੱਚ ਹੋਈਆਂ, ਉਹਦੇ ਸਾਹਮਣੇ ਇੱਕ ਛੋਟਾ ਜਿਹਾ ਟ੍ਰੇਲਰ ਹੈ ਕਿਉਂਕਿ ਸਾਡੇ ਨਾਲ ਵਿੱਚ ਜੂਨ 84 ਦੇ ਵਿੱਚ ਕਿਸ ਤਰ੍ਹਾਂ ਕਤਲੇਆਮ ਕੀਤਾ ਗਿਆ। ਪਰ ਜਿਸਾ ਸੁਣਨ ਦੇ ਵਿੱਚ ਹਮੇਸ਼ਾ ਇਹੀ ਆਇਆ ਸੀ ਕਿ ਉਸ ਵੇਲੇ ਵੀ ਹਰਿਆਣਾ ਤੋਂ ਜਾਤ ਜਿਹੜੇ ਆਉਂਦੇ ਸੀਗੇ ਤੇ ਉਹ ਨਵੰਬਰ 84 ਦੇ ਵਿੱਚ ਉਹਨਾਂ ਸਿੱਖਾਂ ਨਾਲ ਕਤਲੇਆਮ ਕੀਤਾ, ਚਾਹੇ ਫਿਰ ਉਹ ਦਿੱਲੀ ਦੇ ਵਿੱਚ ਹੋਵੇ, ਗੁੜਗਾਉਂ ਦੇ ਵਿੱਚ ਹੋਵੇ, ਹੋਨ ਚਿਲਰ ਹੋਵੇ ਜਾਂ ਪਤੋਦੀ ਦੇ ਨੇੜੇ ਤੇੜੇ ਹੋਵੇ, ਇਹ ਹਰਿਆਣਾ ਤੋਂ ਲੋਕ ਟਰੱਕ ਭਰ ਭਰ ਕੇ ਆਉਂਦੇ ਸੀਗੇ। ਪਰ ਜਿਸ ਤਰ੍ਹਾਂ ਹੁਣ ਵੀ ਹਰਿਆਣਾ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰੀ ਹੈ, ਪਰ ਜਿਸ ਤਰ੍ਹਾਂ ਆਈ ਨੋ ਕਿ ਜਿਹੜੀ ਸਰਕਾਰ ਹੈਗੀ ਚੁੱਪ ਹੈ ਕਿਉਂਕਿ ਉਹਨਾਂ ਨੂੰ ਵੋਟਾਂ ਦਾ ਲਾਹਾ ਹੈ, ਪਰ ਜਿਹੜੇ ਹਰਿਆਣਾ ਦਾ ਹਮੇਸ਼ਾ ਕੋਈ ਵੀ ਮਾਮਲਾ ਹੁੰਦਾ ਇਹ 'ਚ ਸਰਕਾਰ ਕਿਉਂ ਚੁੱਪ ਹੋ ਜਾਂਦੀ, ਕਿਉਂਕਿ ਈਵਨ ਪਾਣੀ ਦਾ ਮਾਮਲਾ ਆਉਂਦਾ, ਪੰਜਾਬ ਦਾ ਪਾਣੀ ਵੀ ਹਰਿਆਣਾ ਨੂੰ ਮਿਲਦਾ ਹੈ, ਹੁਣ ਵੀ ਕਹਿੰਦੇ ਕਿ ਡੈਮ ਕੱਢਣਾ ਹੈਗਾ ਪੰਜਾਬ ਤੋਂ ਹਰਿਆਣਾ ਤੱਕ। ਹਰਿਆਣਾ ਦੇ ਵਿੱਚ ਐਸਾ ਕੀ ਹੈ ਹਰਿਆਣਾ ਦੇ ਲੋਕਾਂ ਦੇ ਵਿੱਚ ਕਿ ਇਹ ਗਲਤੀਆਂ ਵੀ ਕਰ ਜਾਂਦੇ ਨੇ ਤੇ ਸਾਫ਼ ਨਿਕਲ ਵੀ ਜਾਂਦੇ ਨੇ? ਭੈਣ ਜੀ, ਇੱਕ ਮੈਂ ਗੱਲ ਸਾਫ਼ ਕਰਦੇ ਹਾਂ ਕਿ ਜਿਹੜੀ ਸਾਡੀ ਇੰਡੀਅਨ ਸਰਕਾਰ ਹੈ, ਇੰਡੀਅਨ ਗਵਰਨਮੈਂਟ ਹੈ, ਹਰਿਆਣਾ ਦੇ ਵਿੱਚ ਇੱਕ ਤਜਰਬਾ ਕਰ ਰਹੀ ਹੈ ਹਿੰਦੂ ਰਾਸ਼ਟਰ ਬਣਾਉਣ ਦਾ। ਇਹ ਆਪਣਾ ਜਿਹੜਾ ਪੂਰੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੇ ਆ, ਇਹ ਹਰਿਆਣੇ ਨੂੰ ਇੱਕ ਮਾਡਲ ਵਜੋਂ ਦੇਖਦੇ ਹੋਏ ਉੱਥੇ ਇਹ ਤਜਰਬਾ ਕਰਦੇ ਨੇ, ਇਸ ਨੂੰ ਅਸੀਂ ਖਿੱਤੇ ਨੂੰ ਅਸੀਂ ਇੱਕ ਪੂਰਨ ਤੌਰ ਤੇ ਇੱਕ ਹਿੰਦੂ ਰਾਜ ਬਣਾ ਦਈਏ। ਪਰ ਇਸ ਹਿੰਦੂ ਰਾਜ ਦੀ ਪੋਲ, ਇਸ ਹਿੰਦੂ ਰਾਜ ਦਾ ਜਿਹੜਾ ਹੈਗਾ ਇਹਦਾ ਜਿਹੜਾ ਘਿਨਾਉਣਾ ਚਿਹਰਾ ਉਦੋਂ ਸਾਹਮਣੇ ਆ ਜਾਂਦਾ ਜਦੋਂ ਇਹ ਕੋਈ ਐਜੀਟੇਸ਼ਨ ਕਰਦੇ ਨੇ। ਅਗਰ ਅਸੀਂ ਨਵੰਬਰ 84 ਦੀ ਗੱਲ ਕਰੀਏ, ਉਸ ਦੇ ਵਿੱਚ ਵੀ ਜਿਹੜੇ ਹਰਿਆਣੇ ਦੇ ਵਿੱਚ ਜਿੰਨਾ ਕਤਲੇਆਮ ਹੋਇਆ, ਇਸ ਪੂਰੇ ਕਤਲੇਆਮ ਨੂੰ ਇਹਨਾਂ ਨੇ ਸਰਕਾਰਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਇਹ ਅੱਜ ਬਲਾਤਕਾਰ ਦੀਆਂ ਆਪਾਂ ਘਟਨਾਵਾਂ ਮੁਰਥਲ ਦੇ ਕੋਲੇ ਕਰਦੇ ਹਾਂ, ਇੱਦਾਂ ਦੀਆਂ ਘਟਨਾਵਾਂ ਅਗਰ ਅਸੀਂ 84 ਦੇ ਵਿੱਚ ਗੌਰ ਕਰੀਏ, ਪਟੌਦੀ ਦੇ ਸ਼ਰੇ ਬਾਜ਼ਾਰ ਦੇ ਵਿੱਚ ਸਰਦਾਰ ਗਿਆਨ ਸਿੰਘ ਦੀਆਂ ਦੋ ਬਾਲੜੀਆਂ 16 ਤੇ 17 ਸਾਲ ਦੀਆਂ, ਜਿਨ੍ਹਾਂ ਨੂੰ ਕੋਈ ਸ਼ਰੇ ਬਾਜ਼ਾਰ ਦੇ ਵਿੱਚ ਚੌਂਕ ਦੇ ਵਿੱਚ ਭੀੜ ਨੇ, ਹਜ਼ਾਰਾਂ ਲੋਕਾਂ ਨੇ ਉਹਨਾਂ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਚੌਂਕ ਦੇ ਵਿੱਚ ਹੀ ਉਹਨਾਂ ਦੇ ਉੱਪਰ ਮੈਂ ਕਹਿਣਾ ਨੀ ਚਾਹੁੰਦਾ ਕਿ ਪਿਸ਼ਾਬ ਮੂੰਹ ਦੇ ਉੱਤੇ ਉਹਨਾਂ ਦੇ ਕਰ ਕਰਕੇ ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਸੀ। ਇਹ ਗੱਲ ਅੱਜ ਚਸ਼ਮਦੀਨ ਲੋਕ ਦੱਸਦੇ ਨੇ ਔਰ ਉਹਨਾਂ ਨੇ ਉੱਥੇ ਜਾ ਕੇ ਕੋਰਟ ਦੇ ਵਿੱਚ ਗਵਾਹੀਆਂ ਵੀ ਦਿੱਤੀਆਂ ਨੇ। ਇੰਨੀਆਂ ਸ਼ਰਮਨਾਕ ਗੱਲਾਂ ਹੋਣ ਤੋਂ ਬਾਅਦ ਵੀ ਅਗਰ ਇਹ ਲੋਕ ਅਗਰ ਇਹ ਚੁੱਪ ਨੇ, ਮੈਂ ਸਮਝਦਾ ਕਿ ਇਸ ਤੋਂ ਹੋਰ ਕਮੀਨੀ ਗੱਲ ਕੀ ਹੋ ਸਕਦੀ ਹੈ। ਕਿ ਇਸ ਲਈ ਤਾਂ ਹੀ ਅਸੀਂ ਰੌਲਾ ਪਾਉਂਦੇ ਹਾਂ ਕਿ ਸਾਨੂੰ ਜਿਹੜੇ ਸਾਡੇ ਅਸੀਂ ਜਿਹੜਾ ਸਾਡਾ ਜਿਹੜੇ ਅਧਿਕਾਰ ਸੁਰੱਖਿਅਤ ਸਾਡੇ ਆਪਣੇ ਅਲੱਗ ਦੇਸ਼ ਵਿੱਚ ਹੀ ਰਹਿ ਸਕਦੇ ਨੇ, ਇਸ ਗੱਲ ਦੀ ਜਿਹੜੀ ਮੰਗ ਹੈ ਇਹ ਤਾਂ ਹੀ ਵਾਰ ਵਾਰ ਉੱਠਦੀ ਹੈ ਔਰ ਇਹ ਹਮੇਸ਼ਾ ਉੱਠਦੀ ਰਹੇਗੀ ਜਦੋਂ ਤੱਕ ਇਹਨਾਂ ਦੀਆਂ ਵਧੀਕੀਆਂ ਇਹ ਵਾਲੀਆਂ ਜਿਹੜੀਆਂ ਹੈਗੀਆਂ ਨੇ ਪਾਰਸ਼ਲਿਟੀ ਵਾਲੀਆਂ ਗੱਲਾਂ ਔਰ ਏਦਾਂ ਦੇ ਘਿਨਾਉਣੇ ਕਰਮਾਂ ਨੂੰ ਲੁਕਾਉਣ ਵਾਲੀਆਂ ਗੱਲਾਂ ਜਦੋਂ ਤੱਕ ਹੁੰਦੀਆਂ ਰਹਿਣਗੀਆਂ ਔਰ ਜਿਹੜੇ ਪੀੜਤ ਲੋਕ ਨੇ ਉਹ ਆਪਦੇ ਲਈ ਅਲੱਗ ਸ਼ੈਲਟਰ ਉਹ ਹਮੇਸ਼ਾ ਮੰਗਦੇ ਰਹਿਣਗੇ।
ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਘਟਨਾ ਦੇ ਉੱਪਰ ਪੂਰਾ ਵੇਰਵਾ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤੇ। ਅਸੀਂ ਆਸ ਕਰਦੇ ਹਾਂ, ਆਈ ਨੋ ਕਿ ਜਿਹੜਾ ਭਾਰਤ ਦੇ ਵਿੱਚ ਹੈ, ਚਾਹੇ ਘੱਟ ਗਿਣਤੀ ਹੋਵੇ ਚਾਹੇ ਵੱਧ ਗਿਣਤੀਆਂ ਹੋਣ, ਆਈ ਨੋ ਕਿ ਇਹਨਾਂ ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਪਰ, ਕਿਉਂਕਿ ਇਹ ਹਿੰਦੂ ਪੰਜਾਬੀਆਂ ਨੇ ਵੀ ਹੋਇਆ ਵਾ, ਕਾਫੀ ਸਾਰੇ ਹੋਣਗੇ ਹਿੰਦੂ ਪੰਜਾਬੀਆਂ ਦੇ ਵਿੱਚ, ਉਹਨਾਂ ਦੇ ਨਾਲ ਹੋਇਆ, ਤੇ ਇਹਨਾਂ ਲਈ ਇਨਸਾਫ ਨਹੀਂ ਹੈਗਾ। ਸਾਨੂੰ ਇਸ ਚੀਜ਼ ਦਾ ਪਤਾ, ਭਾਵੇਂ ਡੈਮੋਕ੍ਰੈਟਿਕ ਕੰਟਰੀ ਆਪਣੇ ਆਪ ਨੂੰ ਕਹਿੰਦਾ, ਪਰ ਜੋ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ, ਇਹ 'ਚ ਹਮੇਸ਼ਾ ਸਿਆਸੀ ਲਾਹਾ ਲਿੱਤਾ ਜਾਂਦਾ ਸਰਕਾਰਾਂ ਵੱਲੋਂ। ਸੋ ਚਾਹੇ ਉਹ 2003 ਜਾਂ 2004 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਹੋਏ ਉਸ ਦਾ ਹੋਵੇ, ਚਾਹੇ ਸਿੱਖਾਂ ਦੇ ਨਾਲ ਨਸਲਕੁਸ਼ੀ ਹੋਵੇ, ਚਾਹੇ ਇਹ ਮਾਮਲਾ ਹੋਵੇ, ਪਰ ਅਸੀਂ ਚਾਹੁੰਦੇ ਜਿਹੜੀ ਇਹ ਰਿਪੋਰਟ ਤੁਸੀਂ ਤਿਆਰ ਕੀਤੀ ਹੈ, ਅਸੀਂ ਇਸ ਨੂੰ ਇੰਟਰਨੈਸ਼ਨਲ ਲੈਵਲ 'ਤੇ ਜ਼ਰੂਰ ਲੈ ਕੇ ਜਾਈਏ। ਇਸ ਦੀ ਅਸੀਂ ਆਸ ਕਰਦੇ ਤੁਸੀਂ ਇਸ ਨੂੰ ਜਨਤਕ ਕਰੋ, ਬਾਹਰ ਦੇਸ਼ਾਂ ਦੇ ਵਿੱਚ ਸਾਡੇ ਹੋਰ ਭੈਣ ਭਰਾ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਸੋ ਥੈਂਕ ਯੂ ਸੋ ਮੱਚ ਵੀਰ ਜੀ ਕਿ ਤੁਹਾਡੇ, ਅਸੀਂ ਐਕਚੁਲੀ ਹੋਣ ਚੱਲੇ ਕਮਿਸ਼ਨ ਕਮੇਟੀ ਦੀ ਅਸੀਂ ਧੰਨਵਾਦ ਕਰਦੇ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ, ਰਿਪੋਰਟ ਤਿਆਰ ਕੀਤੀ ਹੈ। ਅਸੀਂ ਫਿਊਚਰ ਦੇ ਵਿੱਚ ਇਸ ਨੂੰ ਵੀ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ। ਸੋ ਥੈਂਕ ਯੂ ਸੋ ਮੱਚ ਫੋਰ ਦੈਟ। ਹੁਣ ਵੀਰ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ, ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ TV84 ਦੇ ਸਾਰੇ ਸਰੋਤਿਆਂ ਦਾ ਤੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।